SP ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਨਸ਼ਾ ਤਸਕਰਾਂ ਦੇ ਉੱਤੇ ਸਖ਼ਤ ਕਾਰਵਾਈ ਕਰਦਿਆਂ ਹੋਇਆਂ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਅਲੱਗ ਅਲੱਗ ਮੁਕੱਦਮਿਆਂ ਵਿੱਚ ਤਫਤੀਸ਼ ਦੌਰਾਨ ਜਿਹੜੀ ਹੈ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ, ਜਿਹਦੇ ਵਿੱਚ ਮਾਣਯੋਗ SPD ਬਰਨਾਲਾ ਸ਼੍ਰੀ ਰਮਨੀਸ਼ ਚੌਧਰੀ ਜੀ ਵੱਲੋਂ ਇੰਚਾਰਜ CIA DSPD ਦੇ ਅਧੀਨ ਜਿਹੜੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸੀ, ਜਿਸ ਦੇ ਅਧੀਨ ਕਾਰਵਾਈ ਕਰਦਿਆਂ ਅਲੱਗ ਅਲੱਗ ਪਹਿਲੇ ਦੋ ਸਾਡੇ NDPS ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਮੁਕੱਦਮੇ ਸੀ ਉਹਨਾਂ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 580/22 ਥਾਣਾ ਸਿਟੀ ਬਰਨਾਲਾ, ਜਿਹਦੇ ਵਿੱਚ ਚਾਰ ਦੋਸ਼ੀਆਂ ਪਾਸੋਂ 55,000 ਗੋਲੀਆਂ ਦੀ ਉਦੋਂ ਰਿਕਵਰੀ ਹੋਈ ਸੀ। ਉਹਨਾਂ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇੱਕ ਦੋਸ਼ੀ ਜਿਨ੍ਹਾਂ ਦੇ ਪਾਸੋਂ ਉਹ ਜਿਹੜਾ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ, ਰਾਸ਼ਿਦ ਵਾਸੀ ਲੋਨੀ ਉੱਤਰ ਪ੍ਰਦੇਸ਼ ਜਿਹੜਾ ਨਾਮਜ਼ਦ ਕੀਤਾ ਗਿਆ ਸੀ, ਇਹਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਇਹਦੇ ਪਾਸੋਂ ਇੱਕ ਸਕਾਰਪੀਓ ਗੱਡੀ ਅਤੇ 920 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਇਹ ਜਿਹੜਾ ਰਾਸ਼ਿਦ ਦੋਸ਼ੀ ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕੱਦਮਾ NDPS ਐਕਟ ਦਾ ਦਰਜ ਹੈ। ਇਸੇ ਤਰ੍ਹਾਂ ਮੁਕੱਦਮਾ ਨੰਬਰ 7/2023 ਥਾਣਾ ਸਦਰ ਬਰਨਾਲਾ, ਜਦੋਂ ਇਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 1.5 ਲੱਖ ਗੋਲੀ ਨਸ਼ੀਲੀ ਜਿਹੜੀ ਹੈ ਰਿਕਵਰ ਕੀਤੀ ਗਈ ਸੀ। ਉਹਨਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਉੱਤੇ ਦੋ ਦੋਸ਼ੀਆਂ ਨੂੰ ਫਰਦਰ ਬੈਕਵਰਡ ਲਿੰਕੇਜ 'ਤੇ ਕੰਮ ਕਰਦਿਆਂ ਨਾਮਜ਼ਦ ਕੀਤਾ ਗਿਆ ਸੀ। ਇਹਨਾਂ ਵਿੱਚ ਰਜਨੀ ਵਾਸੀ ਪਟਿਆਲਾ ਅਤੇ ਸੋਨੂ ਸਿੰਘ ਵਾਸੀ ਬਰਨਾਲਾ ਨੂੰ ਨਾਮਜ਼ਦ ਕੀਤਾ ਗਿਆ ਸੀ। ਹੁਣ ਇਹਨਾਂ ਦੋਨਾਂ ਦੋਸ਼ੀਆਂ ਨੂੰ ਵੀ CIA ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਜਿਹੜੀ ਰਜਨੀ ਵਾਸੀ ਪਟਿਆਲਾ ਉਹਦੇ ਪਾਸੋਂ 22,000 ਰੁਪਏ ਡਰੱਗ ਮਨੀ ਜਿਹੜੀ ਹੈ ਬਰਾਮਦ ਹੋਈ ਹੈ। ਦੌਰਾਨੇ ਪੁੱਛਗਿੱਛ ਜਿਹੜਾ ਇਹ ਸਾਹਮਣੇ ਆਇਆ ਕਿ ਇਹ ਜਿਹੜੇ ਦੋਨੋਂ ਦੋਸ਼ੀ ਨੇ ਉਹਨਾਂ ਦੇ ਉੱਤੇ ਪਹਿਲਾਂ ਵੀ NDPS ਐਕਟ ਦੇ ਇੱਕ ਇੱਕ ਮੁਕੱਦਮਾ ਦੋਨਾਂ ਦੇ ਉੱਤੇ ਦਰਜ। ਫਰਦਰ ਕੁਛ ਨਵੇਂ ਮੁਕੱਦਮੇ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਏ ਕੀਤੇ ਗਏ ਨੇ, ਜਿਸ ਦੇ ਵਿੱਚ ਕਿ ਥਾਣਾ ਤਪਾ ਵਿਖੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਕਿ ਇੱਕ ਦੋਸ਼ੀ ਸ਼ੰਕਰ ਸਿੰਘ ਵਾਸੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸਿਓਂ CIA ਦੀ ਟੀਮ ਵੱਲੋਂ 2,000 ਨਸ਼ੀਲੀਆਂ ਗੋਲੀਆਂ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ City 2 ਵੱਲੋਂ ਨਸ਼ਾ ਤਸਕਰਾਂ 'ਤੇ ਕਾਰਵਾਈ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਵਿੱਚ ਕਿ ਇੱਕ ਹਾਸਿਫ ਵਾਸੀ UP ਅਤੇ ਯੁੱਧਵੀਰ ਢੋਲੀ ਵਾਸੀ ਬਰਨਾਲਾ, ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਦੇ ਉੱਤੇ NDPS ਐਕਟ ਦਾ ਜਿਹੜਾ ਪਰਚਾ ਰਜਿਸਟਰ ਕੀਤਾ ਗਿਆ। ਇਹਨਾਂ ਵਿੱਚ ਜਿਹੜਾ ਯੁੱਧਵੀਰ ਸਿੰਘ ਢੋਲੀ ਆ ਇਹਦੇ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਕੁੱਲ 8 ਮੁਕੱਦਮੇ ਪਹਿਲਾਂ ਹੀ ਦਰਜ ਨੇ। ਇਹ ਹੁਣ ਵੀ ਇੱਕ ਕਤਲ ਕੇਸ ਦੇ ਵਿੱਚ ਜ਼ਮਾਨਤ 'ਤੇ ਆਇਆ ਹੋਇਆ ਸੀਗਾ ਅਤੇ ਇਹਨਾਂ ਦੇ ਪਾਸੋਂ ਵੀ 950 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ। ਇਲੀਗਲ ਤੌਰ ਦੇ ਉੱਤੇ ਸ਼ਰਾਬ ਵੇਚਣ ਦੇ ਸ਼ਰਾਬ ਦੀ ਸਮਗਲਿੰਗ ਦੇ ਉੱਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਜਿਹੜੀ CIA ਦੀ ਟੀਮ ਹੈ ਅੰਡਰ ਦਾ ਸੁਪਰਵੀਜ਼ਨ ਆਫ DSPD ਮਨਜੀਤ ਸਿੰਘ ਸਿੱਧੂ, ਇਹਨਾਂ ਨੇ ਕਾਰਵਾਈ ਕਰਦਿਆਂ ਦੋ ਮੁਕੱਦਮੇ ਜਿਹੜੇ ਹੈ ਐਕਸਾਈਜ਼ ਐਕਟ ਦੇ ਦਰਜ ਕੀਤੇ ਗਏ ਨੇ। ਇੱਕ ਮੁਕੱਦਮੇ ਦੇ ਵਿੱਚ ਲਾਲੀ ਕੌਰ ਵਾਸੀ ਬਰਨਾਲਾ ਨੂੰ 18 ਬੋਤਲਾਂ ਸ਼ਰਾਬ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਹਦੇ ਉੱਤੇ ਪਹਿਲਾਂ 5 ਮੁਕੱਦਮੇ ਜਿਹੜੇ ਸਮਗਲਿੰਗ ਨਾਲ ਰਿਲੇਟਡ ਦਰਜ ਨੇ। ਇਸੇ ਤਰ੍ਹਾਂ ਪਿੰਕੀ ਸਿੰਘ ਵਾਸੀ ਬਰਨਾਲਾ ਨੂੰ ਵੀ 18 ਬੋਤਲਾਂ ਸ਼ਰਾਬ ਦੇ ਨਾਲ ਗ੍ਰਿਫਤਾਰ ਕਰਕੇ ਜਿਹੜਾ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ। ਸੋ ਕੁੱਲ ਜਿਹੜੇ ਨੇ 8 ਦੋਸ਼ੀ ਜਿਹੜੇ ਨੇ ਵੱਖ ਵੱਖ ਮੁਕੱਦਮਿਆਂ ਤਹਿਤ ਜਿਹੜੇ ਗ੍ਰਿਫਤਾਰ ਕਰਕੇ ਉਹਨਾਂ ਦੀ ਪਾਸੋਂ ਕਬੂਲ ਕੀਤੀ ਗਈ ਹੈ। ਇਹਦੇ ਵਿੱਚ ਥਾਣਾ City 2 ਬਰਨਾਲਾ, CIA ਟੀਮ, ਥਾਣਾ ਤਪਾ ਦੀ ਜਿਹੜੀ ਹੈ ਇੱਕ ਜੁਆਇੰਟ ਓਪਰੇਸ਼ਨ ਕਰਕੇ ਇੱਕ ਜਿਹੜੀ ਹੈ ਕਾਮਯਾਬੀ ਹਾਸਲ ਕੀਤੀ। ਕਿੰਨੇ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ? ਇਹ ਜਿਹੜੇ ਦੋਸ਼ੀ ਰਾਸ਼ਿਦ ਨੇ ਅਤੇ ਇੱਕ ਇਹਦੇ ਨਾਲ ਫੜਿਆ ਗਿਆ ਰਜਨੀ ਸੋਨੂ, ਇਹਨਾਂ ਦਾ ਅੱਜ ਤੱਕ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਸੀ, ਅੱਜ ਇਹਨਾਂ ਨੂੰ ਦੁਬਾਰਾ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਲੋੜ ਅਨੁਸਾਰ ਵੱਖ ਵੱਖ ਮੁੱਦਿਆਂ ਵਿੱਚ ਜਿਹੜਾ ਰਿਮਾਂਡ ਹਾਸਲ